ਜਿਨ ਦਰਸ਼ਨ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਧਬ ਪਵਹ ਗਰਭ ਜੋਨੀ ਦਈਏ ਮਾਰੇ ਮਹਾ ਹਤਿਆਰੇ। ਸ੍ਰੀ ਗੁਰੂ ਰਾਮਦਾਸ ਸੱਚ ਪਾਤਸ਼ਾਹ ਜੀ ਇਸ ਗੱਲ ਦਾ ਨਿਸਤਾਰਾ ਕਰਦੇ ਨੇ, ਦੱਸਦੇ ਨੇ ਕਿ ਜਿਹੜਾ ਮਨੁੱਖ ਸਤਿਗੁਰੂ ਦੇ ਸਤਪੁਰਖ ਦੇ ਦਰਸ਼ਨ ਨਹੀਂ ਕਰਦਾ, ਭਾਵ ਇਸ ਦੁਨੀਆ ਦੇ ਉੱਤੇ ਆ ਕੇ ਸਤਿਗੁਰੂ ਨੂੰ ਪਛਾਣਦਾ ਨਹੀਂ, ਉਹਦੇ ਕੋਲ ਜਾ ਕੇ ਉਹਦਾ ਨਾਮ ਨਹੀਂ ਲੈਂਦਾ, ਅਕਾਲ ਪੁਰਖ ਨੂੰ ਨਹੀਂ ਪਛਾਣਦਾ, ਉਹ ਭਾਗਾਂ ਤੋਂ ਹੀਣਾ, ਉਹ ਜਮਾਂ ਦੀ ਮਾਰ ਸਹੇਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਹ ਕੂਕਰ ਭਾਵ ਕੁੱਤੇ, ਸੂਕਰ ਭਾਵ ਸੂਰ, ਗਰਦਵ ਭਾਵ ਖੋਤੇ, ਗਧੇ ਦੀ ਜੂਨੀ ਪਵੇਗਾ ਅਤੇ ਦਈਏ ਭਾਵ ਅਕਾਲ ਪੁਰਖ ਦੇ ਵੱਲੋਂ ਉਹਨੂੰ ਇਹ ਸਜ਼ਾ ਮਿਲਦੀ ਹੈ। ਦਈਏ ਮਾਰੇ ਭਾਵ ਅਕਾਲ ਪੁਰਖ ਉਹਨਾਂ ਨੂੰ ਇਹ ਸਜ਼ਾ ਦਏਗਾ ਅਤੇ ਉਹ ਮਾਂ ਹਥਿਆਰੇ ਗਿਣੇ ਜਾਣਗੇ ਜਿਹੜੇ ਸਤਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕਰਨਗੇ, ਅਕਾਲ ਪੁਰਖ ਦਾ ਨਹੀਂ ਦਰਸ਼ਨ ਕਰਨਗੇ ਇਸ ਮਨੁੱਖਾ ਜੂਨ ਵਿੱਚ ਆ ਕੇ।